अस्सलाम वालेकुम जी, की हाल है जी? सारे वीरां दा ठीक ठाक हो, खैरखरीयत नाल हो? उम्मीद करदे आं खैरखरीयत नाल होवोगे जी। बड़ा शौक सी जी रोही च रकबा मुस्ताजरी लैण दा जी। रोही किला जामगढ़ चोलस्तान, ए रोहीले जानवर ने जी। बरल जी रोही और रोही नहीं रह गई, बहुत हद तक रकबे आबाद हो चुके ने। ਇਹ ਸਾਹਮਣੇ ਜਿਹੜੀ ਤੁਹਾਨੂੰ ਆਬਾਦੀ ਨਜ਼ਰ ਆ ਰਹੀ ਹੈ ਜੀ, ਇਹ ਕਿਲ੍ਹਾ ਹੈ ਜਾਮਗੜ੍ਹ। ਸਾਰਾ ਰਕਬਾ ਆਰਮੀ ਦੇ ਅੰਡਰ ਹੈ ਜੀ ਇੱਥੇ ਜੀ। ਮਾਸ਼ਾਅੱਲਾ ਮੌਜਗੜ੍ਹ, ਕਿਲ੍ਹਾ ਮੌਜਗੜ੍ਹ ਜੀ। ਰਕਬੇ ਆਬਾਦ ਹੋ ਗਏ ਨੇ ਕਾਫੀ ਹੱਦ ਤੱਕ, ਅਤੇ ਸੂਰਜਮੁਖੀ, ਪਿਆਜ਼, ਕਪਾਸ, ਬਰਲ ਜੀ ਹੁਣ ਸਭ ਕੁਛ ਹੈ ਇੱਥੇ। ਅੱਲਾਹ ਪਾਕ ਵਸਦੀ ਰੱਖੇ ਜੀ। ਅਸੀਂ ਵੀ ਆਏ ਤਾਂ ਹੈ ਜੀ, ਦੇਖੋ ਕੀ ਬਣਦਾ। ਦੂਸਰਾ ਦਿਨ ਹੈ ਜੀ, ਅੱਜ ਫਿਰਦੇ ਹਾਂ ਇੱਥੇ ਰਕਬੇ ਨੂੰ ਦੇਖਦੇ ਹਾਂ। ਇਹ ਨਾਲ ਜੀ ਗੰਦਮ ਦੇ ਵੱਢ ਪਏ ਨੇ ਜੀ, ਇਹ ਦੋਨਾਂ ਸਾਈਡਾਂ 'ਤੇ। ਅੱਗੇ ਤੁਹਾਨੂੰ ਵਿਖਾਉਂਦੇ ਹਾਂ ਜੀ, ਇੱਥੇ ਹਫੀਜ਼ ਖਾਨ ਨਿਆਜ਼ੀ ਸਾਹਿਬ ਜੀ। ਅਤੇ ਇਹ ਸਾਹਮਣੇ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਨਾ ਜੀ, ਇਹ ਹੈ ਸੋਲਰ ਪਲੇਟ। ਇੱਥੇ ਤਕਰੀਬਨ ਮੋਸਟਲੀ ਸੋਲਰ ਪਲੇਟ 'ਤੇ ਹੀ ਟਿਊਬਵੈੱਲ ਚੱਲ ਰਹੇ ਨੇ, ਟਰਬਾਈਨਾਂ। ਟਰੈਕਟਰ 'ਤੇ ਵੀ ਹੈਗੀਆਂ ਨੇ, ਲੇਕਿਨ ਮੋਸਟਲੀ ਹੈ ਜਿਹੜਾ ਨਾ ਜੀ ਉਹ ਆਪਣਾ ਸੋਲਰ ਸਿਸਟਮ ਹੈ। ਔਰ ਪਰ ਏਕੜ ਈਜ਼ੀਲੀ ਉਹਦੇ ਨਾਲ 10 ਤੋਂ 12 ਏਕੜ ਪਿਲਾਵਾਂ ਹੋ ਜਾਂਦਾ ਜੀ। ਔਰ ਟਰੈਕਟਰ ਚੱਲ ਰਹੇ ਨੇ ਜੀ, ਕਪਾਹ ਦੀ ਕਾਸ਼ਤ ਹੋ ਰਹੀ ਹੈ ਜੀ। ਇਹ ਹੈ ਜੀ ਇੱਥੇ ਗੇਟ ਨੰਬਰ, ਇਹ ਗੇਟ ਨੰਬਰ 32 ਹੈ ਜੀ। ਇਹ ਆਰਮੀ ਦਾ ਰਕਬਾ ਜੀ, ਉਹਨਾਂ ਨੇ ਆਪਣੇ ਹਿਸਾਬ ਕਿਤਾਬ ਨਾਲ ਹੀ ਲਾਏ ਹੋਏ ਨੇ। ਇਹ ਜੀ ਸੋਲਰ ਪਲੇਟਾਂ ਲੱਗ ਗਈਆਂ, ਟਿਊਬਵੈੱਲ ਲੱਗੇ ਹੋਏ ਨੇ। ਨਵਾਂ ਰਕਬਾ ਬਾਅਦ ਹੈ ਜੀ, ਅਤੇ ਉਹ ਛਾਪਰ ਦੇ ਨਾਲ ਪਾਣੀ, ਪਾਈਪ ਛਾਪਰ ਦੇ ਥਰੂ ਪਾਣੀ ਅੱਗੇ ਜਾ ਰਿਹਾ ਜੀ। ਦੇਖੋ ਜੀ ਕਪਾਹ ਦੀ ਬਿਜਾਈ ਹੋਈ ਪਈ ਹੈ ਜੀ। ਰੋਹੀ ਦੇ ਜਾਨਵਰ ਜੀ, ਅਤੇ ਸਾਹਮਣੇ ਕਿਲ੍ਹਾ ਮੌਜਗੜ੍ਹ। ਇਹ ਵੀ ਮਰਜ਼ੀ ਨਾਲ ਹੈ ਜੀ, ਰਸਤਾ ਨਹੀਂ ਦੇਣਾ ਪਸੰਦ ਕਰਦੇ। ਇਹ ਸਾਹਮਣੇ ਜੀ ਕਿਲ੍ਹਾ ਮੌਜਗੜ੍ਹ, ਅਤੇ ਅੱਗੇ ਆ ਗਈ ਆਰਮੀ। ਵੈਸੇ ਇਹ ਸਾਰਾ ਆਰਮੀ ਦਾ ਏਰੀਆ ਜੀ। ਅੱਗੇ ਜੀ ਬੀਬੀ ਦਾ ਫਾਰਮ ਆ ਜੀ, ਉਹ ਵੀ ਤੁਹਾਨੂੰ ਵਿਖਾਉਂਦੇ ਹਾਂ ਜੀ। ਇਹ ਜੀ ਖੱਬੀ ਸਾਈਡ 'ਤੇ ਜਿਹੜੀ ਹੈ ਤੁਹਾਨੂੰ ਵਿਖਾਉਂਦੇ ਹਾਂ ਜੀ, ਇਹ ਜਿਹੜੀ ਫੈਂਸਿੰਗ ਹੋਈ ਹੋਣਾ ਜੀ, ਇਹ ਰਕਬਾ ਹੈ ਜੀ ਮਰੀਮ ਨਵਾਜ਼ ਦਾ। ਉਹਨਾਂ ਨੇ ਕੋਈ ਇੱਥੇ ਫਾਰਮ ਸ਼ਾਰਮ ਬਣਾਇਆ ਸੀ। ਇਹ ਫੈਂਸਿੰਗ ਸ਼ਾਇਦ ਤੁਹਾਨੂੰ ਨਜ਼ਰ ਆ ਰਹੀ ਹੋਵੇ ਜੀ ਟਹਿਲ ਹੀ। ਰੋਹੀ ਅੱਗੇ ਤੁਹਾਨੂੰ ਵਿਖਾਉਂਦੇ ਹਾਂ ਜੀ, ਇੱਧਰ ਗੰਦਮ ਦੀ ਕਾਸ਼ਤ, ਅੱਗੇ ਤੁਹਾਨੂੰ ਸੂਰਜਮੁਖੀ ਪਿਆਜ਼ ਵਿਖਾਉਂਦੇ ਹਾਂ, ਉਹ ਬਹੁਤ ਜ਼ਿਆਦਾ ਕਾਸ਼ਤ ਹੋਏ ਆ। ਫੈਂਸਿੰਗ ਜੀ ਮਰੀਮ ਨਵਾਜ਼ ਦਾ ਜੀ, ਫਾਰਮ ਦਾ ਰਕਬਾ ਜੀ, ਅਤੇ ਪਾਕਿਸਤਾਨ ਦੀ ਬੜੀ ਜਿਹੜੀ ਰੈਲੀ ਹੈ ਜੀ ਚੋਲਸਤਾਨ ਜੀਪ ਰੈਲੀ ਦਾ ਟਰੈਕ ਵੀ ਅੱਗੇ ਆਉਣ ਵਾਲਾ, ਉਹ ਵੀ ਤੁਹਾਨੂੰ ਵਿਖਾਉਂਦੇ ਹਾਂ। ਇਹ ਹੈ ਜੀ ਪਿਆਜ਼, ਰੋਹੀ 'ਚ ਪਿਆਜ਼ ਜੀ, ਅਤੇ ਇੱਧਰ ਹੈ ਜੀ ਸੂਰਜਮੁਖੀ, ਇਹ ਨਜ਼ਰ ਆ ਰਹੀ। ਜ਼ਿਮੀਦਾਰ ਆਏ ਨੇ ਜੀ ਰਕਬੇ ਆਬਾਦ ਕੀਤੇ ਨੇ, ਟਰੈਕਟਰ ਖੜ੍ਹੇ ਨੇ ਜੀ 4x4 ਰੋਹੀ। ਇਹ ਵੇਖੋ ਜੀ ਸੋਲਰ ਅਤੇ ਟਿਊਬਵੈੱਲ, ਅਤੇ ਨਾਲ ਸੂਰਜਮੁਖੀ, ਅਤੇ ਇਹ ਨਾਲ ਹੈ ਜੀ ਕਪਾਸ, ਜਿਹਨੂੰ ਨਰਮਾ ਵੀ ਕਹਿੰਦੇ ਨੇ ਜੀ, ਅਤੇ ਕਪਾਹ ਵੀ ਕਹਿੰਦੇ ਨੇ। ਰਕਬੇ ਆਬਾਦ ਕਰ ਰਹੇ ਨੇ ਲੋਕ, ਮਿੱਟੀ ਚੁੱਕ ਕੇ ਕੁਛ ਇੱਧਰ ਦੀ ਉੱਧਰ ਅਤੇ ਉੱਧਰ ਦੀ ਉੱਧਰ ਜਾ ਰਹੀ ਹੈ ਜੀ। ਪਰ ਰੋਹੀ ਉਹ ਨਹੀਂ ਰਹੀ ਜੀ, ਗ੍ਰੀਨ ਰੋਹੀ ਆ। ਦੇਖੋ ਜੀ ਇਹ ਦੇਖੋ ਜੀ ਖੇਲਾਂ ਨਿਕਲੀਆਂ, ਪਾਣੀ ਲੱਗੇ ਆ ਜੀ, ਪਲਾਟਿੰਗ ਹੋਈ ਉਹ ਆ ਜੀ। ਦੇਖੋ
रकबा आबाद हो रहा, रेत पै रही है जी, सोलर दी प्लेटां जी 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 ले लिया, तो फिर इंशाल्लाह नेक्स्ट तुहानूं जरूर दूर तक जाके विजिट करावांगे। दुआ करो जी अल्लाह पाक आसानियां पैदा करे।